पंजाब विच कानून व्यवस्था का निकलिया जनाजा 23 साल नौजवान का 23,000 हथियारों नाल कतल कर दिता गया। मृतक वॉलीबॉल अते फुटबॉल का प्लेयर सी। मृतक की पहचान करण मुहम्मद के रूप में हुई है। इस बारे परिवारक मैंबरों विच पंजाब सरकार ते पंजाब पुलिस खिलाफ रोस प्रदर्शन किया गया। परिवारक मैंबरों ने कहा है कि जदों तक दोषी फड़े नहीं जाते उदों तक संस्कार नहीं किया जाएगा। ਕੀ ਇਹ ਸਾਰਾ ਮਾਮਲਾ ਕੀ ਹੋਇਆ ਤੁਹਾਡਾ ਜਿਹੜੀ ਡੈਥ ਹੋਈ ਹੈ ਮੁੰਡੇ ਦੀ ਕੀ ਕਾਰਨ ਕੀ ਲੜਾਈ ਝਗੜਾ ਹੋਇਆ ਕੀ ਸੀਗਾ ਲੜਾਈ ਦਾ ਤਾਂ ਸਾਨੂੰ ਪਤਾ ਨਹੀਂ ਪਰ ਸਾਡਾ ਮੁੰਡਾ ਉਹਨਾਂ ਨੇ ਵੱਢ ਕੇ ਛੱਡਤਾ ਸਾਡਾ ਮੁੰਡਾ ਮਾਰ ਦਿੱਤਾ ਉਹਨਾਂ ਦਾ ਕੋਈ ਫੜ ਹੋਇਆ ਉਹਨਾਂ ਦਾ ਕੋਈ ਲਗਿਆ ਕਿ ਇੱਕ ਬੰਦ ਮੁੰਡਾ ਫੜ ਕੇ ਕਹਿੰਦੇ ਵੀ ਇੱਕ ਕੋਈ ਮੁਜਰਮ ਕੋਈ ਫੜਿਆ ਹੈ ਨਾ ਬਾਕੀ ਦੇ ਕਿੱਥੇ ਆ ਕਿਹੜੀ ਜੇ ਬੰਦੇ ਨਹੀਂ ਸੀ ਫੜ ਹੁੰਦੇ ਬੁੜੀਆਂ ਤਾਂ ਸੀਗੀਆਂ ਬੁੜੀਆਂ ਨੂੰ ਲੈ ਜਾਂਦੇ ਆਪੇ ਬੰਦੇ ਪੇਸ਼ ਹੁੰਦੇ ਮੈਨੇ ਕੁਛ ਨਹੀਂ ਕੀਤਾ ਪੁਲਿਸ ਵਾਲਿਆਂ ਨੇ ਹੁਣ ਕੀ ਮੰਗ ਕੀ ਕਰਦੇ ਪਏ ਪਰਿਵਾਰ ਮੰਗ ਅਸੀਂ ਇਹ ਇਨਸਾਫ ਚਾਹੀਦਾ ਸਾਨੂੰ ਨਹੀਂ ਤਾਂ ਫਿਰ ਕਹਿੰਦੇ ਹੁੰਦੇ ਆ ਅਸੀਂ ਤਾਂ ਹੁਣ ਕੁਝ ਕਰਾਂਗੇ ਸੜਕਾਂ ਦੇ ਉੱਤਰਾਂ ਹਾਂ ਹਾਂਜੀ ਮੈਂ ਸਲੀਮ ਸੁਲਤਾਨੀ ਅੱਜ ਇਹ ਮੀਡੀਆ ਨੂੰ ਜਾਣਕਾਰੀ ਦੇ ਰਿਹਾ ਹਾਂ ਜੋ ਭਾਣਾ ਇਹ ਸਾਡੇ ਪਰਿਵਾਰ ਵਿੱਚ ਵਾਪਰਿਆ ਵਾ जेकर साडे परिवार की मंग नूं जो कि एक जायज़ मंग आ और जिहड़े मुजरम असीं उन्हां नूं पुलिस प्रशासन नूं कहिंदे फड़न विच तेजी लई पर जेकर इस अल्टीमेटम तों बाद भी ढिल्ली कारगुजारी रहिंदी आ पुलिस प्रशासन की तो फिर मैनूं लगदा वा वी असीं समेत बॉडी एक वड्डा प्रदर्शन करांगे जिहदी जिम्मेदारी मौके दे प्रशासन की होगी क्योंकि परिवार ना इहो जिहा एडा वड्डा दर्दनाक भाणा वापरन दे बाद भी दोषी दा खुल्लेआम घूम रहे आ इह बड़ी हैरानीजनक गल आ। सो परिवार वालों और मैं जिन्ना मेरा भाईचारा बैठा साडे ग्रां दे शहर निवासी लोग बैठे आ इहनां दा पूरा आश्वासन दे दित्ता गया कि जे प्रशासन तुहाडी गल ते गौर नहीं करूगा इह साडे नाल दरियां ते बैठण नूं तैयार बैठे आ ਇਹਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਜੋ ਕਰਨ ਦੀ ਮੁਹੰਮਦ ਜੋ ਕਿ ਇੱਕ ਨੌਜਵਾਨ ਲੜਕਾ ਗੁਰਾਇਆ ਸ਼ਹਿਰ ਦਾ ਸੀਗਾ ਸਾਡਾ ਭਤੀਜਾ ਸੀ ਜਿਸਦੀ ਕਿ ਪਿਛਲੇ ਹਫ਼ਤੇ ਇੱਕ ਦਰਦਨਾਕ ਲੜਾਈ ਵਿੱਚ 23 ਹਥਿਆਰਾਂ ਨਾਲ ਸੱਟਾਂ ਮਾਰੀ ਗਈਆਂ ਔਰ ਪਰਿਵਾਰ ਵੱਲੋਂ FIR ਵੀ ਕਰਵਾਈ ਗਈ ਹੈ लेकिन FIR ਕਰਾਉਣ ਦੇ ਬਾਵਜੂਦ ਵੀ ਜਿਹੜੇ ਦੋਸ਼ੀ ਨੇ ਉਹਨਾਂ ਵਿੱਚ ਇੱਕੋ ਅਰੈਸਟ ਹੋਇਆ ਹਾਲੇ ਤੱਕ ਤੇ ਅੱਜ ਉਹਦੀ ਡੈਥ ਹੋ ਗਈ ਹੈ ਤੇ ਪਰਿਵਾਰ ਵਿੱਚ ਇਸ ਗੱਲ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਲਈ ਭਾਰੀ ਰੋਸ ਪਾਇਆ ਜਾ ਰਿਹਾ ਵਾ ਤੇ ਅਸੀਂ ਇਹ ਗੱਲ ਨੂੰ ਮੀਡੀਆ ਵਿੱਚ ਲੈ ਕੇ ਆ ਰਹੇ ਹਾਂ ਤਾਂ ਕਰਕੇ ਮੌਕੇ ਦੀ ਸਰਕਾਰ ਨੂੰ ਇਹੋ ਜਿਹੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਬਾਰੇ ਪਤਾ ਲੱਗ ਸਕੇ ਸੋ ਮੇਰੀ ਇਹ मौके की सरकार नूं अपील आ वी जो इहो जिहे शरारती अंसर इदां किसे दे धी पुत नूं बढ़ टुक करके शरेआम समाज विच फिरनगे एक सभ्यक समाज लई बहुत खतरा वा ते मैं पूरे परिवार वल्लों ते प्रशासन नूं अल्टीमेटम देण जा रहे हां क्योंकि असीं उन्नी देर तक कफन दफन नहीं करना है अपने इस पुत दा जद तक उस नूं मारन वाले जिहड़े व्यक्ति आ ਗ੍ਰਾਂ ਪੁਲਿਸ ਵੱਲੋਂ ਫੜੇ ਨਹੀਂ ਜਾਂਦੇ ਪੁਲਿਸ ਦੀ ਕਾਰਗੁਜ਼ਾਰੀ ਕਿੱਦਾਂ ਦੀ ਦੇਖਦੇ ਪੈਸੇ ਫਿਲਹਾਲ ਪੁਲਿਸ ਦੀ ਕਾਰਗੁਜ਼ਾਰੀ ਬੜੀ ਨਿਰਾਸ਼ਾਜਨਕ ਰਹੀ ਹੈ ਕਿਉਂਕਿ ਮੈਂ ਕਰੀ ਮਿਲ ਕੇ ਵੀ ਆਇਆ ਇੰਸਪੈਕਟਰ ਸਾਹਿਬ ਨੂੰ ਤੇ ਉਸ ਤੋਂ ਬਾਅਦ 3-4 ਦਿਨ ਹੋ ਗਏ ਇੱਕੋ ਹੀ ਕਹਿੰਦੇ ਫੜਿਆ ਵਾ ਲੈ ਬਾਕੀਆਂ ਦੀ ਭਾਲ ਕਰ ਰਹੇ ਹਾਂ ਜਦਕਿ ਅੱਜ ਸਾਨੂੰ ਤੜਕੇ ਜਿਹੜਾ ਸਾਡਾ ਬੇਟਾ ਕਰਨ ਮੁਹੰਮਦ ਸਿੰਘ ਜੀਰੇ ਲਾਲ ਸੀ ਉਹਦੀ ਡੈਥ ਹੋ ਗਈ ਆ ਲੇਕਿਨ ਅੱਜ ਦੀ ਪੁੱਛਿਆ ਵੀ ਕਿੰਨੇ ਬੰਦੇ ਫੜੋਗੇ ਕਹਿੰਦੇ ਇੱਕੋ ਹੀ ਫੜ ਹੋਇਆ ਤੇ ਇਹਦੇ ਕਰਕੇ ਸਾਡੇ ਪੂਰੇ ਪਰਿਵਾਰ ਚ ਔਰ ਮੈਨੂੰ ਲੱਗਦਾ ਪੂਰੇ ਗ੍ਰਾਂ ਭਾਈਚਾਰੇ ਵਿੱਚ ਬਹੁਤ ਭਾਰੀ ਰੋਸ ਆ ਇਸ ਕਰਕੇ ਅਸੀਂ ਉਨੀ ਦੇਰ ਤੱਕ ਕਫਨ ਦਫਨ ਨਹੀਂ ਕਰਾਂਗੇ ਜਦ ਤੱਕ ਸਾਰੇ ਮੁਜਰਮ ਉਹ ਫੜੇ ਨਹੀਂ ਜਾਂਦੇ।